ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਹੋਰ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਐਲਓਸੀ ਜਾਰੀ ਕਰ ਦਿੱਤਾ ਗਿਆ ਯਾਨੀ ਕਿ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਲੁਕਆਊਟ ਨੋਟਿਸ ਅਮਰਿਤਪਾਲ ਸਿੰਘ ਦੇ ਖਿਲਾਫ ਜਾਰੀ ਹੋ ਗਿਆ ਹੈ ਹਰ ਦਿਸ਼ ਦੇ 에어ਪੋਰਟ ਦੇ ਉੱਪਰ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਅਮਰਿਤਪਾਲ ਸਿੰਘ ਇੱਥੇ ਪਹੁੰਚਦਾ ਹੈ ਤਾਂ ਉਸ ਨੂੰ ਡਿਟੇਨ ਕੀਤਾ ਜਾਵੇ ਕਿਉਂਕਿ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੋੜਾ ਕਰਾ ਦਿੱਤਾ ਹੋਇਆ ਤੇ ਇਸ ਮਾਮਲੇ ਤੋਂ ਪਹਿਲਾਂ ਬੀਤੇ ਦਿਨੀ ਬਾਬਾ ਬਕਾਲਾ ਦੀ ਅਦਾਲਤ ਵੱਲੋਂ ਅਮਰਿਤਪਾਲ ਸਿੰਘ ਦੇ ਖਿਲਾਫ ਐਨਬੀਡਬਲ ਯਾਨੀ ਕਿ ਨੌਨ ਬਿਲੇਵੇਲ ਵਾਰੰਟ ਜਾਰੀ ਕੀਤੇ ਗਏ ਸੀ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਅਮਰਿਤਪਾਲ ਸਿੰਘ ਦੇ ਖਿਲਾਫ ਤਾਂ ਹੁਣ ਅੱਜ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜਿੱਥੇ ਵੀ ਹੈ ਅਮਰਿਤਪਾਲ ਸਿੰਘ ਜੇਕਰ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਹੈ ਤਾਂ ਉਹ 에어ਪੋਰਟ ਦੇ ਉੱਪਰ ਜਦੋਂ ਪਹੁੰਚਦਾ ਹੈ ਤਾਂ ਉਸ ਨੂੰ 에어ਪੋਰਟ ਅਥਾਰਟੀ ਜਿਹੜੀ ਹੈਗੀ ਹੈ ਉੱਥੇ ਉਹਨੂੰ ਡਿਟੇਨ ਕੀਤਾ ਜਾ ਸਕੇ ਇਸ ਨੋਟਿਸ ਦੇ ਨਾਲ ਤਾਂ ਦੇਸ਼ ਦੀਆਂ तमाम 에어ਪੋਰਟ ਹਵਾਈ ਅੱਡਿਆਂ ਦੇ ਉੱਪਰ ਇਹ ਸੂਚਨਾ ਪਹੁੰਚਾ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਤਾਂ ਇਸ ਤੋਂ ਇਲਾਵਾ ਸਰਹੱਦਾਂ ਦੇ ਉੱਪਰ ਵੀ ਚੌਕਸੀ ਵਧਾ ਦਿੱਤੀ ਗਈ ਹੈ ਬੀਐਸਐਫ ਤੇ ਨਾਲ ਦੀ ਨਾਲ ਐਸਐਸਬੀ ਸਸ਼ਤਰ ਸੀਮਾ ਬਲ ਤੇ ਨਾਲ ਦੀ ਨਾਲ ਸੀਮਾ ਸੁਰੱਖਿਆ ਬਲ ਇਹ ਦੋਵੇਂ ਯੂਨਿਟਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਔਰ ਜਿਹੜਾ ਹੈ ਬਕਾਇਦਾ ਤੌਰ ਦੇ ਉੱਪਰ ਇਹਨਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ ਜੋ ਪੰਜਾਬ ਪੁਲਿਸ ਦੇ ਇਨਪੁਟ ਹੈ ਔਰ ਕੇਂਦਰ ਦੀ ਖੋਫੀਆ ਏਜੰਸੀਆਂ ਨੇ ਜੋ ਅਲਰਟ ਜਾਰੀ ਕੀਤਾ ਹੈ ਕਿ ਅਮਰਿਤਪਾਲ ਸਿੰਘ ਸਰਹੱਦ ਪਾਰ ਕਰਕੇ ਨੇਪਾਲ ਦੇ ਰਾਹੀਂ ਦੇਸ਼ ਤੋਂ ਫਰਾਰ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਫਿਰ ਕੇਂਦਰੀ ਗ੍ਰਹਿਭਾਗ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਬੀਐਸਐਮ ਨੂੰ ਬੀਐਸਐਫ ਨੂੰ ਤੇ ਐਸਐਸਬੀ ਨੂੰ ਕੀ ਚੌਕਸੀ ਵਧਾ ਦਿੱਤੀ ਜਾਵੇ ਪੂਰਾ ਚੁਕੰਨਾ ਰਹਿ ਕੇ ਡਿਊਟੀ ਦਿੱਤੀ ਜਾਵੇ ਤਾਂ ਹੁਣ ਇਸ ਤੋਂ ਬਾਅਦ ਦੇਸ਼ ਦੇ ਅੰਦਰ ਜਿੰਨੇ ਵੀ 에어ਪੋਰਟ ਹੈਗੇ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਨਾਂ ਦੇ ਅਮਰਿਤਪਾਲ ਸਿੰਘ ਸੰਬੰਧੀ ਜਿਹੜੀ ਖਬਰ ਹੈ ਉਹਨਾਂ ਤੱਕ ਪਹੁੰਚਾ ਦਿੱਤੀ ਗਈ ਹੈ ਕਿ ਜੇਕਰ ਇਹ ਵਿਅਕਤੀ ਇੱਥੇ ਪਹੁੰਚਦਾ ਤਾਂ ਇਸ ਨੂੰ ਡੇਟੇਨ ਕੀਤਾ ਜਾਵੇ ਤਾਂ ਇਸ ਸਮੇਂ ਦੀ ਵੱਡੀ ਖਬਰ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਸੀਂ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਸਾਨੂੰ ਕੇਂਦਰ ਦੀ ਪੂਰੀ ਸਪੋਰਟ ਹੈ ਕੇਂਦਰ ਦੀ ਮਦਦ ਦੇ ਨਾਲ ਹੀ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜੀ ਇਹ ਕਾਰਵਾਈ ਕਰ ਰਹੇ ਆ ਫਿਲਹਾਲ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਹਲੇ ਤੱਕ ਵੀ ਅਮਰਿਤਪਾਲ ਸਿੰਘ ਬਾਹਰ ਹੈ ਆਪਰੇਸ਼ਨ ਦਾ ਅੱਜ ਪੰਜਵਾਂ ਦਿਨ ਹੈ ਅਮਰਿਤਪਾਲ ਸਿੰਘ ਦੇ ਕੱਲ ਥੋੜੇ ਜੇ ਕਲੂ ਮਿਲੇ ਸੀ ਪੰਜਾਬ ਪੁਲਿਸ ਨੂੰ ਕਿ ਬ੍ਰੇਜ਼ਾ ਗੱਡੀ ਦੇ ਵਿੱਚ ਸਵਾਰ ਹੋ ਗਿਆ ਸੀ ਆਪਣੀ ਜਿਹੜੀ 18 18 ਨੰਬਰ ਦੀ ਮਰਸੀਡੀਜ਼ ਆ ਉਸ ਤੋਂ ਵਕ ਹੋ ਕੇ ਅਮਰਿਤਪਾਲ ਸਿੰਘ ਬ੍ਰੇਜ਼ਾ ਕਾਰ ਦੇ ਵਿੱਚ ਸਵਾਰ ਹੋਇਆ ਸੀ ਉਸ ਨੂੰ ਚਾਰ ਜਣਿਆਂ ਨੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਚਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਚਾਰਾਂ ਦੇ ਕੋਲੋਂ 315 ਬੋਰ ਦੀ ਇੱਕ ਰਾਈਫਲ ਬਰਾਮਦ ਹੋਈ ਹੈ ਤਲਵਾਰਾਂ ਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਇਹਨਾਂ ਚਾਰਾਂ ਦੇ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੋ ਬਰੀਜ਼ਾ ਗੱਡੀ ਦੇ ਵਿੱਚ ਅਮਰਿਤਪਾਲ ਸਿੰਘ ਦੇ ਨਾਲ ਸਵਾਰ ਸੀ ਤਾਂ ਪੁਲਿਸ ਵੱਲੋਂ ਇੱਕ ਹੋਰ ਤੱਥ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਕਿ ਬਰੀਜ਼ਾ ਗੱਡੀ ਤੋਂ ਅਮਰਿਤਪਾਲ ਸਿੰਘ ਸਿੱਧਾ ਨੰਗਲ ਅੰਬੀਆਂ ਜੋ ਨਕੋਦਰ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਪਿੰਡ ਹੈ ਤਾਂ ਉਸ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਮਰਿਤਪਾਲ ਸਿੰਘ ਪਹੁੰਚਦਾ ਹੈ ਉੱਥੇ ਆਪਣੇ ਕੱਪੜੇ ਬਦਲਦਾ ਹੈ ਤੇ ਪੈਂਟ ਸ਼ਰਟ ਤੇ ਗੁਲਾਬੀ ਰੰਗ ਦੀ ਪੱਗ ਬਣ ਕੇ ਐਨਕਾ ਲਗਾ ਕੇ ਉੱਥੋਂ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਫਰਾਰ ਹੋ ਜਾਂਦਾ ਪਰ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਕਿੱਥੇ ਹੈ ਪੰਜਾਬ ਪੁਲਿਸ ਨੂੰ ਇਸ ਦੀ ਹਲੇ ਤੱਕ ਵੀ ਜਾਣਕਾਰੀ ਨਹੀਂ ਹੈ ਪੰਜਾਬ ਪੁਲਿਸ ਨੇ ਬੀਤੇ ਦਿਨੀ 6 ਅਮਰਿਤਪਾਲ ਸਿੰਘ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸੀ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਸੀ ਕਿ ਜੇਕਰ ਇਸ ਵਿਅਕਤੀ ਨੂੰ ਕਿਤੇ ਵੀ ਦੇਖਿਆ ਤਾਂ ਪੰਜਾਬ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ ਤਾਂ ਹੁਣ ਅਮਰਿਤਪਾਲ ਸਿੰਘ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋਇਆ तमाम ਏਅਰਪੋਰਟਾਂ ਦੇ ਉੱਪਰ ਐਲਓਸੀ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਜੇਕਰ 에어ਪੋਰਟ ਦੇ ਰਾਹੀਂ ਵਿਦੇਸ਼ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਡਿਟੇਨ ਕੀਤਾ ਜਾਵੇ